welcom to the grewal show ਮੈਂ ਤੁਹਾਡਾ ਹੋਸਟ ਗੁਰਿੰਦਰ ਸਿੰਘ ਗ੍ਰੀਵਲ ਆਪ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜੇ ਮੇਰੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਬਿੰਦਰ ਸਿੰਘ ਹਣੀ ਬਿੰਦਰ ਸਿੰਘ ਵੀਰ ਜੀ ਜਿਨ੍ਹਾਂ ਨੂੰ ਕਿ ਬਿੰਦਰ ਸਿੰਘ ਵੀ ਕਿਹਾ ਜਾਂਦਾ ਉਹਨਾਂ ਨੂੰ ਵੈਸੇ ਤਾਂ ਸਾਰੇ ਹੀ ਸਾਡੇ ਵਿਊਅਰਸ ਜਾਣਦੇ ਪਛਾਣਦੇ ਹੋਣਗੇ ਪਰ ਅੱਜ ਉਹਨਾਂ ਨਾਲ ਇੱਕ ਖਾਸ ਗੱਲਬਾਤ ਕਰਾਂਗੇ ਸਾਡੇ ਸਟੂਡੀਓ ਦੇ ਵਿੱਚੋਂ ਬਿੰਦਰ ਸਿੰਘ ਜੀ ਵੈਲਕਮ ਟੂ ðiਸ ਸ਼ੋ ਗੁਰਿੰਦਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਦੇਖਣ ਵਾਲੇ ਵਿਊਅਰਸ ਨੂੰ ਸਤਿ ਸ੍ਰੀ ਅਕਾਲ ਆ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਿੰਦਰ ਸਿੰਘ ਉਹਨਾਂ ਨੂੰ ਤੁਸੀਂ ਅੱਗੇ ਵੀ ਬਹੁਤ ਵਾਰੀ ਦੇਖਿਆ ਹੋਣਾ ਮਿਲੇ ਵੀ ਹੋਵੋਗੇ ਉਹਨਾਂ ਨਾਲ ਗੱਲਾਂបੱਤਾਂ ਵੀ ਕੀਤੀਆਂ ਹੋਣਗੀਆਂ ਪਰ ਅੱਜ ਅਸੀਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਬੁਲਾਇਆ ਕਿਉਂਕਿ ਜਿਹੜੀ ਆਪਣੀ ਸਿਚੁਏਸ਼ਨ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਚੱਲ ਰਹੀ ਹੈ ਉਹਦੇ ਤੇ ਖਾਸ ਗੱਲਬਾਤ ਕਰਨ ਲਈ ਬਿੰਦਰ ਸਿੰਘ ਜੀ ਜਿੱਦਾਂ ਆਪਾਂ ਪਹਿਲਾਂ ਵੀ ਸ਼ੋਅ ਤੋਂ ਗੱਲ ਕਰਦੇ ਸੀ ਤੁਸੀਂ ਸਾਨੂੰ ਦੱਸੋ ਕਿ ਜਿਹੜੀ ਆਪਣੀ ਕੈਨੇਡੀਅਨ ਪੋਲਿਟਿਕਸ ਹੁਣ ਚੱਲ ਰਹੀ ਹੈ ਫੈਡਰਲੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਮੇਰੇ ਪਰਸਨਲ ਵਿਚਾਰ ਆ ਜੀ ਤੁਹਾਡੇ ਸ਼ੋਅ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਨਾਲੇ ਤੁਹਾਡੇ ਨਾਲ ਨਹੀਂ ਹੈ ਪਰਸਨਲ ਹੋ ਤੁਸੀਂ ਆ ਮੈਂ ਵੈਰੀ ਆਊਟ ਸਪੋਕਨ ਆ ਐਂਡ ਉਹ ਤੋਂ ਸ਼ੁਰੂ ਕਰਦੇ ਆ ਠੀਕ ਹੈ ਜੀ ਆਊਟ ਸਪੋਕਨ ਦਾ ਮਤਲਬ ਇਹ ਹੈ ਵੀ ਜਿਸ ਜਿਸ ਪਾਸੇ ਨੂੰ ਇਸ ਕੰਟਰੀ ਨੇ ਜਾਣਾ ਸੀਗਾ ਮੈਂ ਪਰਸਨਲੀ ਬਲੀਵ ਕਰਦਾ ਸਾਡੀ ਪੋਲਿਟਿਕਸ ਵੀ ਜਾ ਕੇ ਕਾਰਪੋਰੇਟ ਸਟਰਕਚਰ ਦੇ ਵਿੱਚ ਆ ਜੋ ਅਸੀਂ ਕਾ ਵੀ ਜਿਹੜੇ ਕੰਟਰੀ ਮੂਲਖਾਂ ਨੂੰ ਛੱਡ ਕੇ ਆ ਉਸ ਤਾਨੂੰ ਪੋਲਿਟਿਕਸ ਥਰਡ ਵਰ ਪੋਲਿਟਿਕਸ ਨੂੰ ਅਸੀਂ ਤੁਰਪੇ ਸਾਡੀ ਇੱਕ ਪੋਲਿਟਿਕਲ ਸਟਰਕਚਰ ਬੜਾ ਇੱਕ ਸਟ੍ਰੇਟ ਫੋਰਵਰਡ ਸੀਗਾ ਰਾਈਟ ਹੋਰ ਅਸੀਂ ਦੇਖੋ ਵੀ ਜਾ ਕੇ ਕੈਂਡੀਡੇਟ ਸਟਰਕਚਰ ਵੀ ਅਸੀਂ ਖਰਾਬ ਕਰ ਲਿਆ ਨਾਮਿਨੇਸ਼ਨ ਸਟਰਕਚਰ ਵੀ ਖਰਾਬ ਕਰ ਲਿਆ ਤੇ ਉਸ ਤਨ ਦੇ ਡਿਸੀਜਨ ਜਿਹੜੀਆਂ ਅਸੀਂ ਲੈ ਰਹੇ ਆ ਉਹ ਵੀ ਸਾਰੇ ਹੁਣ ਮਤਲਬ ਅਸੀਂ ਇੱਕ ਹੋਰ ਹੀ ਅਪੀਜ਼ਮੈਂਟ ਜਾਂ ਆਪਦੇ ਕਾਰਪੋਰੇਟ ਸਟਰਕਚਰ ਨੂੰ ਮਤਲਬ ਉਹਨਾਂ ਨੂੰ ਕੰਟਰੈਕਟ ਦਵਾਉਣ ਚ you know it's like it's it's not a it's not a good sign it's nee, nee, not going towards a good sign ਮੈਂ ਇੱਥੇ ਜਾਨਣਾ ਚਾਹੁੰਦਾ ਜਦੋਂ ਤੁਸੀਂ ਕਹਿੰਦੇ ਅਸੀਂ ਅਸੀਂ ਡਸਨਟ ਮੀਨ ਕਿ ਅਸੀਂ ਐਜ਼ ਅ ਕਮਿਊਨਿਟੀ অর ਅਸੀਂ ਐਜ਼ ਕੈਨੇਡੀਅਨਸ ਐਜ਼ ਕੈਨੇਡੀਅਨਸ ਐਜ਼ ਕੈਨੇਡੀਅਨਸ ਹੀ ਕਹਣਾ ਕਿ ਮੈਂ ਮੈਂ ਬਹੁਤ ਛੋਟੀ ਉਮਰ ਚ ਆਇਆ ਸੀ ਇੱਥੇ ਬਾਈ ਸੋ ਜਿਹੜੇ ਅਸੀਂ ਉਹ ਸਟਰਗਲ ਦੇਖਿਆ ਉਹ ਟਾਈਮ ਦੇਖਿਆ ਹੁਣ ਤਾਂ ਇਹ ਟਾਈਮ ਸੀ ਵੀ ਸਾਡੀ ਸਾਡੀ ਕਮਿਊਨਿਟੀ ਦੀ ਗੱਲ ਕਰਦਾ ਕਰਦੇ ਆ ਪੰਜਾਬੀ ਸਾਊਥ ਏਸ਼ੀਅਨ ਸਿੱਖ ਸਾਡਾ ਦਾ ਹੁਣ ਹੁਣ ਮਲਾਈ ਖਾਣ ਦਾ ਟਾਈਮ ਸੀ ਵੀ ਜਿੰਨਾ ਸਾਡੇ ਯੂ ਨੋ ਬਜ਼ੁਰਗਾਂ ਨੇ ਜਿੰਨਾ ਹਾਰਡ ਵਰਕ ਕੀਤਾ ਸਾਡੇ ਐਂਸਿਸਟਰਾਂ ਨੇ ਜਿਹੜਾ ਉਹ ਸਟਰਗਲ ਸੀਗਾ ਤੇ ਹੁਣ ਅਸੀਂ ਬਹੁਤ ਇੱਕ ਨੈਗੇਟਿਵ ਪਾਸੇ ਨੂੰ ਵੀ ਤੁਰ ਪਏ ਅਸੀਂ ਕਹਿ ਦਿੰਦੇ ਆ ਅਸੀਂ ਵੀ ਇੰਨੇ 25 ਜਾਣੇ ਅਸੀਂ 26 ਜਾਣੇ ਅਸੀਂ ਇਲੈਕਟ ਕਰਤੇ ਪਰ ਜੇ ਉਹ ਕੋਈ ਬੰਦਾ ਬੋਲ ਨਹੀਂ ਸਕਦਾ ਜਾਂ ਉਹਦੀ ਜਾਂ ਉਹਦੀ ਜਿਹੜੀ ਇਨਕਲਾਬੀ ਸੋਚ ਆ ਉਹ ਤਾਂ ਹੀ ਕਿਸੇ ਕੋਲੇ ਨਹੀਂ ਹੈਗੇ ਉਹ ਬਸ ਉਹੀ ਪੈਂਸਲ ਪੁਸ਼ਰ ਅ ਜਿ ਸਿਸਟਮ ਨੂੰ ਚੱਲ ਪਏ ਸੋ ਆਪਾਂ ਗੱਲ ਕਰਦੇ ਆ ਜਿਹੜੇ ਕਿ ਆਪਾਂ 18 25 20 ਜਣੇ ਆਪਾਂ ਇਲੈਕਟ ਕਰਕੇ ਪੀਸ ਤੇ ਪਾਰਲੀਮੈਂਟ ਦੇ ਵਿੱਚ ਉਹਦੇ ਚੋਂ ਅੱਜ ਦੀ ਤਰੀਕ ਦੇ ਵਿੱਚ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਮੇਰਾ ਖਿਆਲ ਚਾਰ ਮਨਿਸਟਰ ਵੀ ਨੇ ਬਿਲਕੁਲ ਮਨਿਸਟਰ ਪਰ ਠੀਕ ਆ ਅਸੀਂ ਕਹਿੰਨੇ ਆ ਵੀ ਸਾਡਾ ਮਾਣ ਆ ਜਾਂ ਸਾਡਾ ਸਿਰ ਉੱਚਾ ਹੁੰਦਾ ਸਾਡੇ ਹੋਗੇ ਪਰ ਸਾਡਾ ਸਾਡਾ ਤਾਂ ਜਿਹੜਾ ਗਵੰਡੀ ਉਹ ਵੀ ਸਾਡਾ ਹੀ ਆ ਨਾ ਠੀਕ ਹੈ ਜਿਹੜਾ ਟੌਮੀ ਆ ਬਿੱਲੀ ਆ ਕੈਰਨ ਯੂ نو ਜੋਅਨੇਟਾ ਲੀਰੋਆ ਉਹ ਵੀ ਸਾਡੇ ਹੀ ਆ ਬਿਕਾਜ਼ ਵੀ ਲਿਵ ਇਨ ਦ ਮੋਸਟ ਬਿਊਟੀਫੁਲ ਕੰਟਰੀ ਇਨ ਦ ਵਰਲਡ ਇਜ਼ ਕੈਨੇਡਾ ਤੇ ਜਦੋਂ ਅਸੀਂ ਆ ਆਪਦੇ ਇਸ ਮੁਲਕ ਦੇ ਅਸੀਂ ਬਾਰੇ ਸੋਚੂਗੇ ਫਿਰ ਅਸੀਂ ਪ੍ਰੋਗਰੈਸ ਹੋਵਾਂਗੇ ਸੋ ਤੁਹਾਡੀ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਆਪਾਂ 70s 80s ਦੇ ਵਿੱਚ ਦੇਖਦੇ ਸੀਗੇ ਕਿ ਆਪਣੀ ਕਮਿਊਨਿਟੀ ਦੇ ਵਿੱਚੋਂ ਜਦੋਂ ਮੈਂ ਆਪਣੀ ਕਿੰਨਾ ਵੀ ਆਪਣੀ ਪੰਜਾਬੀ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਮੈਂਬਰ ਪਾਰਲੀਮੈਂਟ ਨਹੀਂ ਸੀਗੇ ਤਾਂ ਉਦੋਂ ਵੀ ਸਾਰੇ ਆਪਣੇ ਹੀ ਸੀ ਮੈਂਬਰ ਆਫ ਪਾਰਲੀਮੈਂਟ ਬਿਲਕੁਲ ਤੇ ਤੁਸੀਂ ਦੇਖੋ ਵੀ ਜਦੋਂ ਅਸੀਂ ਘੱਟ ਸੀਗੇ ਅਸੀਂ ਜਿਆਦਾ ਪਾਵਰਫੁੱਲ ਸੀਗੇ ਅਸੀਂ ਜਿਆਦਾ ਕੁਸ਼ ਕਰਦੇ ਸੀਗੇ ਤੇ ਹੁਣ ਜਦੋਂ ਅਸੀਂ ਇੰਨੇ ਹੋ ਗਏ ਹੁਣ ਸਿਰਫ ਸਟਰਕਚਰ ਨੇ ਵੀ ਐਸਾ ਐਸਾ ਬੰਦ ਚੱਲਿਆ ਵੀ ਜਾ ਕੇ ਠੀਕ ਆ ਵੀ 10 ਬੰਦੇ ਉਥੇ ਪਾਰਲੀਮੈਂਟ ਚ ਜੇ ਜਾਂ ਲੈਜਿਸਲੇਚਰ ਦੇ ਵਿੱਚ ਜਿੱਥੇ ਵੀ ਹੈਗਾ 3rd ਯਾ 3 ਲੈਵਲਸ ਆਫ ਗਵਰਨਮੈਂਟ ਉਥੇ ਉਹ ਠੀਕ ਆ ਵੀ ਤੁਸੀਂ ਆਪ ਦਾ ਦਾਲ ਰੋਟੀ ਦਾਲ ਰੋਟੀ ਯੂ نو ਪਾਉ ਪਾਉ ਜੀ ਖਾਈ ਚੱਲੋ ਆ ਦਾ ਹਣ ਯੂ ਨੋ ਹਣ ਦੂਜੀਆਂ ਕਮਿਊਨਿਟੀਆਂ ਵੀ ਵਧ ਗਈਆਂ ਹਣ ਡੋਖਲਾ ਵੀ ਆ ਗਿਆ ਵਿੱਚ ਹੋਰ ਆ ਗਿਆਂ ਇਹ ਜਿਹਨੂੰ ਚੀਜ਼ਾਂ ਆ ਗਈਆਂ ਨਾ ਇਟਸ ਲਾਈਕ ਦੈਨ ਦੇ ਸੈਂਡ ਯੂ ਸਲਿਸ ਐਨਥੂਸੀਆ ਦੇ ਗੁਰਦੁਆਰੇ ਮੰਦਿਰ ਮਾਸਜਿਦਾਂ ਚ ਖੇਦੀ ਚੱਲੋ ਪਰ ਤੁਸੀਂ ਫਿਰ ਨਾ ਤੁਸੀਂ ਡਿਸਟੈਂਟ ਹੋ ਜਾਂਦੇ ਆ ਵੀ ਜਿਹੜਾ ਮੇਨ ਰੀਅਲ ਮੁੱਦੇ ਹੁੰਦੇ ਆ ਵੀ ਹੁਣ ਕਿੰਨੇ ਵੱਡੇ ਸਕੈਂਡਲ ਹੋ ਰਿਹਾ ਵੀ ਯੂ ਨੋ ਅੱਗੇ ਅੱਗੇ ਇੱਕ ਹੋਰ ਚੀਜ਼ ਸੀ ਗੁਰਿੰਦਰ ਜੀ ਐਵਰੀ ਸੈਟਰਡੇ ਹਰ ਇੱਕ ਪਰਿਵਾਰ ਸੀਬੀਸੀ ਤੇ ਨਿਊਜ਼ ਦੇ ਕੇ ਨਾ ਉਦੋਂ ਬਾਅਦ ਉਹ ਸੀਬੀਸੀ ਹਾਕੀ ਨਾਈਟਿੰਗ ਕੈਨੇਡਾ ਦੇਖਦਾ ਸੀ ਠੀਕ ਹੈ ਜੀ ਜਦੋਂ ਖਤਮ ਹੁੰਦਾ ਸੀ ਫਿਰ ਨੈਸ਼ਨਲ ਨਿਊਜ਼ ਆਉਂਦਾ ਸੀ ਜਾਂ ਫੀਰ ਮੈਨਸਪ੍ਰੇਜ ਜਾਂ ਲੋਇਡ ਐਕਸਪਰਟ ਦੀ ਦੇਖਦੇ ਸੀਗੇ ਠੀਕ ਹੈ ਜੀ ਇੱਕ ਸਾਡੀਆਂ ਜਿਹੜੀਆਂ ਲੇਡੀਜ਼ ਸੀਗੀਆਂ ਪ੍ਰਾਣੀਆਂ ਉਹ ਉਹ ਜਾ ਕੇ ਯੰਗ ਐਂਡ ਦ ਰੈਸਲਸ ਹਰੀਕ ਨਹੀਂ ਦੇਖਿਆ ਦੇਖਦੀਆਂ ਸੀ ਮਤਲਬ ਉਹਨਾਂ ਨੂੰ ਨਾ ਕੈਨੇਡੀਅਨ ਜਿਹੜਾ ਸਾਡਾ ਸੱਭਿਆਚਾਰ ਸੀ ਆਪਦੇ ਕਾਲੀਗਸ ਦੇ ਨਾਲ ਜਿਵੇਂ ਜੇ ਆਪਾਂ ਕੱਲ ਨੂੰ ਨਾਰਥ ਦੇ ਵਿੱਚ ਟਿਮ ਹਾਟਨ ਤੇ ਵੀ ਜਾ ਕੇ ਜੇ ਉਹ ਜਿਹੜੋ ਪੁੱਠਾ ਇਹ ਝਾਗਦੇ ਸੀਗੇ ਮੇਰੇ ਗਾਉਂ ਹੀ ਜਾਣ ਕੇ ਕਹਿੰਦਾ ਸੀਗਾ ਇਹ ਰੈਜਿਸਟਰੀ ਦਾ ਗੇਮ ਲਾਸਟ ਨਾਈਟ ਤੇ ਫਿਰ ਫਿਰ ਉਹ ਗੱਲ ਆਪੇ ਹੀ ਚੀਨ ਦਿੱਤੀ ਜੀ ਉਹ ਰਾਈਟ ਦਵੇ ਉਹ ਫਿਰ ਜਾਂਦੇ ਸੀਗੇ ਉਹ ਕਹਿੰਦੇ ਯੋ ਯੂ نو ਅਬਾਊਟ ਮਾਈਕ ਪਾਲਮ ਇੱਥੇ ਮੈਂ ਕਹਾ ਯਾ ਮੈਂ ਕਹਾ ਮੈਂ ਤਾਂ ਮੈਂ ਤਾਂ ਉਹਨਾਂ ਨਾਲ ਖੇਡਦਾਂ ਆ ਠੀਕ ਹੈ ਉਹ ਕਹਿੰਦੇ ਤੂੰ ਐਡਾ ਵੱਡਾ ਬੰਦਾ ਤੂੰ ਐਸਾ ਕੀ ਖੇਡ ਸਕਦਾ ਮੈਂ ਕਹਾ ਮੈਂ ਕੋਚ ਆ ਠੀਕ ਹੈ ਤੁਸੀਂ ਦੇਖੋ ਵੀ ਜਿਹੜਾ ਹੁਣ ਉਹ ਉਹ ਜਿਹੜਾ ਅਸੀਂ ਇਹ ਕਹਿੰਦਾ ਡਿਸਟੈਂਟ ਹੋ ਚਲੇ ਸਾਰਾ ਕੁਝ ਅਸੀਂ ਮਿਲੀਅਨ ਡਾਲਰ ਦੇ ਗੈਟੋ ਅੱਗੇ ਸੀਗਾ ਅਰਬਨ ਗੈਟੋਸ ਠੀਕ ਹੈ ਜੀ ਜਿਹੜੇ ਅਸੀਂ ਕਹਿੰਦੇ ਆ ਵੀ ਲੋ ਇਨਕਮ ਰਾਈ ਹੁਣ ਅਸੀਂ ਮਿਲੀਅਨ ਮਿਲੀਅਨ ਡਾਲਰ ਦੇ ਅਸੀਂ ਗੈਟੋ ਬਣਾ ਰਿਹਾ ਤੇ ਇਹਦਾ ਸਿਸਟਮ ਆ ਉਹ ਵੀ ਕਹਿੰਦਾ ਵਧੀਆ ਇਹ ਉੱਥੇ ਆਪਦਾ ਬੈਠੇ ਰਹਿਣ ਨਹੀਂ ਪਰ ਵੀ ਮੇਨ ਮੁੱਦਿਆਂ ਚ ਉਹੀ ਗੱਲ ਜਿਵੇਂ ਅਸੀਂ ਕਹਿੰਦੇ ਨਾ ਪੰਜਾਬ ਛੱਡ ਕੇ ਆਏ ਆ ਜਾਂ ਹਿੰਦੁਸਤਾਨ ਛੱਡ ਕੇ ਆਏ ਆ ਇਹ ਸੇਮ ਥਿੰਗ ਉਹ ਬਣ ਚੱਲਿਆ ਵੀ ਤੁਸੀਂ ਦਾਲ ਆਟਾ ਬਾਦਲ ਟੋੜਾ ਲੜੀ ਚੱਲੋ ਜਾਂ ਗੁਰਦੁਆਰੇ ਦੀ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲੋ ਬਦੱਸੇ ਪਰ ਜਿਹੜੇ ਰੀਅਲ ਮੁੱਦੇ ਆ ਉਹ ਪਾਸੇ ਹੋ ਜਾਂਦੇ ਆ ਪਰ ਜਦੋਂ ਆਪਾਂ ਸਕੈਂਡਲਸ ਦੀ ਗੱਲ ਕਰੀਏ ਆ ਪੁਰਾਣੇ ਟਾਈਮਾਂ ਦੇ ਵਿੱਚ ਵੀ ਇਸ ਤੇ ਸਕੈਂਡਲ ਟਾਈਮ ਟੂ ਟਾਈਮ ਆਉਂਦੇ ਰਹੇ ਆ ਪਰ ਜਿਹੜਾ ਕਿ ਸਭ ਤੋਂ ਵੱਡਾ ਸਕੈਂਡਲ ਪੋਲਿਟੀਕਲ ਸਕੈਂਡਲ ਕੈਨੇਡਾ ਦੇ ਵਿੱਚ ਆਇਆ ਉਹ ਆਇਆ ਵੀ ਚੈਰਿਟੀ ਦਾ ਕਿਉਂਕਿ ਉਹਦੇ ਚ ਪ੍ਰਾਈਮ ਮਿਨਿਸਟਰ ਦੀ ਫੈਮਲੀ ਤੇ ਮਿਨਿਸਟਰ ਦੀ ਫੈਮਲੀ ਪਰਸਨਲੀ ਇਨਵੋਲਵਡ ਸੀਗੀ ਉਹਦੇ ਬਾਰੇ ਤੁਸੀਂ ਜਾਂ ਤੁਹਾਡੇ ਜਿਹੜੇ ਜਾਣਨ ਪਛਾਣਨ ਵਾਲੇ ਨੇ ਉਹਨਾਂ ਦੇ ਕੀ ਜਾਣਨੇ ਆਂ ਦੇਖੋ ਆਂ ਦੇਖੋ ਐਡਾ ਵੱਡਾ ਸਕੈਂਡਲ ਹੋ ਰਿਹਾ ਉਹਨੂੰ ਵੀ ਜਾ ਕੇ ਤੁਸੀਂ ਗਵਰਨਮੈਂਟ ਨੂੰ ਪ੍ਰੋਰੋ ਕਰਤਾ ਵੀ ਮਤਲਬ ਅਸੀਂ ਬੰਦ ਕਰਨ ਲੱਗੇ ਅਸੀਂ ਜੀ ਸੋਚਣ ਲੱਗ ਗਿਆ ਵੀ ਹੁਣ ਕਿਉਂ ਇੱਕ ਬਹੁਤ ਵੱਡੀ ਆ ਤੇ ਆਪਣਾ ਹੁਣ ਬਿਮਾਰੀ ਆਈ ਵੀ ਆ ਉਹ ਬਹਾਨਾ ਸੀ ਇੱਕ ਠੀਕ ਹੈ ਵੀ ਕਿ ਤੁਹਾਨੂੰ ਪਤਾ ਵੀ ਹੁਣ ਮੂਰੇ ਸਰਬ ਦੇ ਬੈਨੀਫਿਟ ਖਤਮ ਹੋਣ ਵਾਲੇ ਸੀਗੇ ਜੀ ਜੀ 1.2 ਟ੍ਰਿਲੀਅਨ ਡਾਲਰ ਦਾ ਸਾਡੇ ਤੇ ਸਰ ਦੇ ਤੇ ਡੈਫਿਸਿਟ ਆ ਰਿਹਾ ਠੀਕ ਹੈ ਬਾਏ ਦੀ ਐਂਡ ਆਫ ਦ ਈਅਰ ਦੈਟਸ 28000 ਡਾਲਰ ਪਰ ਕੈਨੇਡੀਅਨ ਹੈਡ ਜਿਹਦਾ ਹੌਣ ਵੀ ਕੋਈ ਹਿਸਾਬ ਕਿਤਾਬ ਨਹੀਂ ਹੁਣ ਇੱਕ ਪਾਸੇ ਸਾਡਾ ਜਿਹੜੇ ਜਿਹੜੇ ਆਪੋਜੀਸ਼ਨ ਆਨਡੀਪੀ ਉਹ ਹੁਣ ਕਹਿ ਰਿਹਾ ਵੀ ਭਾਈ ਅਸੀਂ ਹੁਣ ਇੱਕ ਮੋਸ਼ਨ ਲੈ ਕੇ ਆਉਣ ਲੱਗੇ ਆ ਪਰਸੋਂ ਦੀ ਗੱਲ ਈ ਆ ਇਹਨਾਂ ਨੇ ਹੁਣ ਐਲਾਨ ਕਰ ਲਿਆ ਕਿ ਮੋਸ਼ਨ ਲੈਉਣ ਲੱਗੇ ਵੀ ਜਾ ਕੇ ਜਿੰਨੀ ਗਵਰਨਮੈਂਟ ਸਪੈਂਡਿੰਗ ਆ ਕ੍ਰਾਈਸਿਸ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੋਏ ਪਤੰਦਰੋ ਤੁਸੀਂ ਤਾਂ ਜਾ ਕੇ ਜਿਹੜੀ ਵੀ ਦਾ ਹੈਗਾ ਉਹ ਤਾਂ ਤੁਸੀਂ ਬੰਦ ਕਰਾਤਾ ਨਾ ਰਲ ਕੇ ਵੀ ਉਹ ਸਾਰਾ ਕੁਝ ਬੰਦ ਕਰਾਤਾ ਕਿਉਂ ਕਰਕੇ ਜਦੋਂ ਤੁਸੀਂ ਪ੍ਰੋਗ ਕਰਤੀ ਸੀ ਗਵਰਨਮੈਂਟ ਉਦੋਂ ਸਾਰਾ ਜੋ ਵੀ ਇਨਵੈਸਟੀਗੇਸ਼ਨਾਂ ਸੀ ਜਿੰਨੇ ਬੈਲ ਸੀਗੇ ਜਿੰਨੀਆਂ ਸਾਰਾ ਜੋ ਵੀ ਹੈ ਸਾਰਾ ਕੁਝ ਬੰਦ ਹੋ ਜਾਂਦਾ ਸੋ ਜਦੋਂ ਆਪਾਂ ਐਨਡੀਪੀ ਗਵਰਨਮੈਂਟ ਦੀ ਗੱਲ ਕਰਦੇ ਆ ਐਨਡੀਪੀ ਪਾਰਟੀ ਦੀ ਸੌਰੀ ਉਹਦੇ ਲੀਡਰ ਸਾਹਿਬ ਆਪਣੀ ਕਮਿਊਨਿਟੀ ਦੇ ਵਿੱਚੋਂ ਨੇ ਸਰਦਾਰ ਜਗਮੀਤ ਸਿੰਘ ਜੀ ਜਿਹੜੇ ਕਿ ਲੀਡਰ ਨੇ ਉਸ ਪਾਰਟੀ ਦੇ ਉਹਨਾਂ ਦੀ ਪਾਰਟੀ ਦਾ ਜਿਹੜਾ ਕੰਮਕਾਰ ਅੱਜ ਦੀ ਤਰੀਕ ਦੇ ਵਿੱਚ ਹੋ ਰਿਹਾ ਕੋਵਿਡ ਦੇ ਦਿਨਾਂ ਦੇ ਵਿੱਚ ਜਾਂ ਲਿਬਰਲ ਨੂੰ ਸਪੋਰਟ ਵਾਲਾ ਉਹ ਤੁਹਾਡੇ ਹਿਸਾਬ ਨਾਲ ਸਹੀ ਆ ਦੇਖੋ ਮੈਂ ਨਹੀਂ ਚਾਹਣਾ ਵੀ ਇਲੈਕਸ਼ਨ ਹੁੰਦਾ ਠੀਕ ਹੈ ਜੀ ਪਲੱਸ ਅਨਦਰ 300 400 500 ਮਿਲੀਅਨ ਡਾਲਰ ਬਾਦੂ ਬੋਝ ਤੁਸੀਂ ਪੈਂਦੇ ਐ ਐਕਸਪੈਂਸ ਐਕਸਪੈਂਸ ਪੈਂਦਾ ਠੀਕ ਆ ਤੁਸੀਂ ਉਹਨੂੰ ਪ੍ਰੋਪਪ ਕਰ ਕਰਦੇ ਆ ਪਰ ਤੁਸੀਂ ਉਹਨ ਲਿਬਰੋ ਜਾ ਕੇ ਐਨਡੀਪੀ ਦੀਆਂ ਆਈਡੀਆਂ ਸਟੀਲ ਕਰੀ ਜਾਂਦੇ ਸਾਰਾ ਕੁਝ ਮਤਲਬ ਸੋਸ਼ਲਿਸਟ ਜਿਸ ਪਾਸੇ ਨੂੰ ਅਸੀਂ ਤੁਰੇ ਜਾ ਰਹੇ ਆ ਇਸ ਟਾਈਮ ਦੈਟਸ ਆਲ ਆ ਸੋਸ਼ਲਿਸਟ ਅਜੈਂਡਾ ਵੀ ਦਾਲ ਆਟਾ ਸਕੀਮ ਵੀ ਚੱਲੀ ਜਾਂਦੇ ਬਟ ਠੀਕ ਆ ਲੋਕਾਂ ਨੂੰ ਉਹਨਾਂ ਦੇ ਚੱਲੋ ਪਰ ਜਿਹੜੀ ਉਹ ਕ੍ਰੀਏਟੀਵਿਟੀ ਆ ਨਾ ਤੇ ਜਿਹੜੀ ਉਹ ਐਂਬੀਸ਼ਨ ਆ ਅੰਟਰਪ੍ਰੈਨਿਉਰਿਜ਼ਮ ਉਹ ਖਤਮ ਹੋ ਹੀ ਜਾਂਦਾ ਰਾਈਟ ਉਹਦੇ ਵਿੱਚ ਵਿੱਚ ਫਿਰ ਜਾ ਕੇ ਜਿਹੜਾ ਹੁਣ ਐਨਡੀਪੀ ਦੀ ਹਰ ਵਾਰ ਸੋਚਿਆ ਐਸੀ ਸੀਗੀ ਵੀ ਵਰਕਰ ਦੀ سپورਟ ਕਰੋ ਵਰਕਰ ਦੀ سپورਟ ਕਰੋ ਬਟ ਉਹ ਕਿਸੇ ਹੱਦ ਤਾਈਂ ਹੁੰਦੀ ਹੈ ਗੁਰਿੰਦਰ ਜੀ ਕਿਸੇ ਹੱਦ ਤਾਈਂ ਹੈ ਵੀ ਉਹਨਾਂ ਨੇ ਸਪੋਰਟ ਕਰਤਾ ਬਟ ਜਿਹੜਾ ਜਿਹੜਾ ਉਹਨਾਂ ਦਾ ਓਵਰਆਲ ਪਰਫਾਰਮੈਂਸ ਆ ਨਾ ਇਵਨ ਐਸ ਐਨ ਆਪੋਜੀਸ਼ਨ ਮੈਂ ਮੰਨਦਾ ਵੀ ਬਹੁਤ ਕਮਜ਼ੋਰ ਸੀਗਾ ਲੋਕ ਮੀ ਓਕੇ ਹਣੇ ਦੋਏ ਜੀ ਦੋ ਪੱਖ ਆ ਇੱਕ ਤਾਂ ਸਰਕਾਰੀ ਪੱਖ ਉਹਦੇ ਵਿੱਚ ਵੀ ਐਨਡੀਪੀ ਨੇ ਬਹੁਤਾ ਨੀ ਗੋਸ ਕੀਤਾ ਠੀਕ ਹੈ ਉਹ ਤਾਂ ਉਹਨਾਂ ਨੇ ਚਲ ਠੀਕ ਆ ਵੀ ਆਪ ਮਰਦੇ ਵੀ ਜਿਆਦਾ ਨਾ ਮਰ ਜੀਏ ਠੀਕ ਰਈ ਸਿੱਧੀ ਗੱਲ ਕਰਦਾ ਮਰਦੇ ਸੀਗੇ ਉਹਦੋਂ ਹੋਰ ਮਰ ਜਾਣਾ ਸੀਗਾ ਕਿਉਂ ਕਰਕੇ ਟਰੂਡੋ ਸਾਹਿਬ ਨੇ ਇੰਨਾ ਇੰਨੀਆਂ ਕੈਂਡੀਆਂ ਗੰਡੀਆਂ ਉਹਨੂੰ ਮੈਜੋਰਟੀ ਉਹਨਾਂ ਨੂੰ ਮੈਜੋਰਟੀ ਮਿਲ ਜਾਣੀ ਸੀ ਜੀ 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 ਬਿਨਾ ਕੰਮ ਕੀਤੇ ਉਹਨਾਂ ਨੂੰ ਮੈਜੋਰਟੀ ਮਿਲ ਜਾਨੀ ਸੀ ਬਿਕਾਜ਼ ਦੇ ਵਾਰ ਇਲੈਕਸ਼ਨ ਰੈਡੀ ਕੰਜ਼ਰਵੇਟਿਵ ਕੋਲੇ ਪੈਸੇ ਸੀਗੇ ਪਰ ਉਹਨਾਂ ਨੂੰ ਯੂ ਨੋ ਚਲੋ ਉਹਨਾਂ ਨੂੰ ਆਦਾ 100 ਸੀਟ ਮਿਲ ਜਾਣੀ ਸੀ ਹਾਇਰ ਟਾਈਮ ਨਹੀਂ ਉਹਨਾਂ ਦਾ ਠੀਕ ਹੈ ਬਲੈਕ ਬਲੈਕਵੁੱਡ ਆ ਲਾਸਮ ਸੀਟਸ ਠੀਕ ਹੈ ਪਰ ਐਨਡੀਪੀ ਨੂੰ ਸਭ ਤੋਂ ਜ਼ਿਆਦਾ ਵੱਡਾ ਘਾਟਾ ਪੈਣਾ ਸੀ ਤੇ ਜੇ ਹੁਣ ਅਸੀਂ ਅਸੀਂ ਆਪ ਦੇ ਭਾਈਚਾਰੇ ਇੱਕ ਜਾਂ ਅਸੀਂ ਕਲਚਰਲੀ ਅਸੀਂ ਸੋਚੀਏ ਜਿੰਨਾ ਇਹ ਵਧੀਆ ਮੌਕਾ ਜਗਮੀਤ ਸਿੰਘ ਨੂੰ ਮਿਲਿਆ ਸੀ ਜਾਂ ਐਨੀ ਸਿੱਖ ਐਮਪੀ ਨੂੰ ਐਨੀ ਸਿੱਖ ਐਮਪੀ ਨੂੰ ਵੀ ਮੁਰੇ ਹੋ ਕੇ ਲੱਗਣ ਦਾ ਵੀ ਭਾਵਾਂ ਅਸੀਂ ਫੂਡ ਬੈਂਕਾਂ ਲਈ ਅਸੀਂ ਇਕੱਠੇ ਕਰਦੇ ਫਰੰਟ ਲਾਈਨ ਤੇ ਠੀਕ ਆ ਮਾਂ ਮਾਰੀ ਐ ਪਰ ਜੇ ਸਾਡੇ ਕਮਿਊਨਿਟੀ ਦੇ ਵਿੱਚੋਂ ਸਾਰੀ ਕੈਨੇਡਾ ਦੇ ਵਿੱਚ ਨੌਜਵਾਨ ਬੀਬੀਆਂ ਬੱਚੇ ਜਾ ਕੇ ਭਾਵਾਂ ਖਾਲਸਾ ਐਡ ਹੋਏ ਪੰਜਾਬੀ ਫੂਡ ਸਰਵਿਸ ਹੋਵੇ ਜੋ ਵੀ ਹੈ ਰਾਈਟ ਜੇ ਉਹ ਮੂਰੇ ਆਸਾ ਦੇਸ ਕੇ ਸਾਡੇ ਲੀਡਰਾਂ ਨੂੰ ਜਿਹੜੇ ਚੁਣੇ ਵੇ ਇਹ ਆ ਕੇ ਇੱਕ ਸਾਡਾ ਬਹੁਤ ਸੋਹਣਾ ਚਿਹਰਾ ਦੇ ਸਕਦੇ ਸੀਗੇ ਵੀ ਵਾਹ ਇਹ that's leadership so, so, leadership ਇਹ ਨਹੀਂ ਹੈਗਾ ਵੀ ਤੁਸੀਂ 180000 ਡਾਲਰ ਲੈ ਕੇ ਤੇ ਬਸ ਉੱਥੇ ਜਾ ਕੇ ਢੀੜਾ ਕੱਢ ਆਓ ਅੱਧਿਆਂ ਨੂੰ ਤਾਂ ਮौज ਲੱਗੀ ਵੀ ਕੋਵਿਡ ਆ ਜੀ ਬਾਹਰ ਨਹੀਂ ਜਾ ਸਕਦੇ ਚਲੋ ਘਰੇ ਬਹਿ ਕੇ ਫਿਲਮਾਂ ਦੇਖ ਲੋ ਉਹ ਦੋ ਚਾਰ ਉਹ ਦਿਨ ਸੈਕਟਰੀਆਂ ਨੇ ਇੰਟਰੀ ਪਪਾ ਆਤੀਆਂ ਉਹ ਸਰਕਾਰ ਸਾਡੀ ਆਹ ਕਰ ਉਹ ਤਾਂ ਭਾਈ ਸਾਨੂੰ ਵੀ ਅਸੀਂ ਵੀ ਘਰੇ ਬੈਠੇ ਦੇਖੀ ਜਾਂਦੇ ਆ ਨਹੀਂ ਪਰ ਇੱਥੇ ਇਹ ਇਹ ਗੱਲ ਬਹੁਤ ਜ਼ਰੂਰੀ ਆ ਆਪਣੀ ਕਮਿਊਨਿਟੀ ਦੇ ਲਈ ਜਿਹੜੇ ਵਿਊਅਰਸ ਦੇਖ ਰਹੇ ਨੇ ਕਿ ਜਿਹੜਾ 2000 ਡਾਲਰ ਮਿਲ ਰਿਹਾ ਸੀਗਾ ਉਹਦੇ ਨਾਲ ਹੈਪੀ ਹੋਣ ਦੀ ਲੋੜ ਨਹੀਂ ਇਟਸ ਗੋਇੰਬੀ ਅ ਡੈਟ ਔਨ ਐਵਰੀਬਾਡੀਜ਼ ਇਟਸ 20 1.2 ਟ੍ਰਿਲੀਅਨ ਠੀਕ ਹੈ ਤਾਂ ਮਤਲਬ ਜਿੰਨਾ ਕਿ ਮੈਂ ਰਿਪੋਰਟਿੰਗ ਦੇਖੀ ਆ ओके 1.2 ट्रिलियन 1.2 ट्रिलियन बाय द एंड ऑफ द ईयर ਪਰ ਜਿਹੜਾ ਹੁਣ ਅਕਤੂਬਰ ਦੇ ਵਿੱਚ ਜਿਹੜਾ ਹੁਣ ਫੇਰ ਆ ਰਿਹਾ ਥੈਟਸ ਆਲਮੋਸਟ ਵਾਟ ਇਨ 9.5 ਮਿਲੀਅਨ ਕੈਨੇਡੀਅਨਸ ਜਿਨ੍ਹਾਂ ਨੇ ਹੁਣ ਸੀਆਰਬੀ ਲੈਣਾ ਠੀਕ ਹੈ ਜੀ ਜਾਂ ਜਿਹੜਾ ਅਨਪਲੋਇਮੈਂਟ ਇੰਸ਼ੋਰੈਂਸ ਰਾਹੀਂ ਉਹ ਜਾਣਗੇ ਪਹਿਲਾਂ ਕਿੰਨਿਆਂ ਨੇ ਲੈ ਸੀਗਾ 11.5 ਸੋ ਜੇ ਤੁਸੀਂ ਦੇਖੋ ਜੇ ਵੱਧ ਤੋਂ ਵੱਧ ਤੁਸੀਂ 40 ਮਿਲੀਅਨ ਲੋਕ ਇੱਥੇ ਦੇਖੋ ਉਹਦੇ ਵਿੱਚ ਉਹ ਮਤਲਬ 9 ਮਿਲੀਅਨ ਬੰਦਾ ਕੰਮ ਕਰ ਰਿਹਾ ਬਸ ਭਾਰ ਕਿੰਨਾ ਪੈ ਰਿਆ ਸਾਡੇ ਤੇ ਤੇ ਜਿਹੜੇ ਟੈਕਸ ਪੇਅਰਸ ਨੇ ਉਹ ਬੀਸਕਲੀ ਨਾਰਮਲੀ ਰਹੇਗੇ ਤੇ ਉਹਨਾਂ ਦੇ ਸਿਰ ਤੇ ਸਾਰਾ ਭਾਰ ਪੈਣਾ ਉਹਨਾਂ ਦੇ ਸਿਰ ਤੇ ਭਾਰ ਪੈਣਾ ਤੇ ਜਾ ਕੇ ਕਾਰਪੋਰੇਸ਼ਨ ਦੇ ਫਿਰ ਲੌਂਗ ਟਰਮ ਦੇ ਵਿੱਚ ਜਿਹੜੇ ਕਾਰਪੋਰੇਸ਼ਨ ਆ ਜਾਂ ਸਮਾਲ ਬਿਜ਼ਨਸ ਆ ਸਮਾਲ ਬਿਜ਼ਨਸ ਨੂੰ ਤਾਂ ਬਹੁਤ ਵੱਡਾ ਘਾਟਾ ਪੈ ਰਿਆ ਤੇ ਫਿਰ ਉਹ ਕਿਵੇਂ ਨਾ ਅਮਰੀਕਾ ਚਲੇ ਜਾਣ ਤੇ ਰਨ देयर ਬਿਜ਼ਨਸ ਔਨ ਅ ਇਕਨੋਮਿਕ ਸਾਈਕਲ ਫਿਰ ਅਮਰੀਕਾ ਸਾਨੂੰ ਵਧਿਆ ਹੁਣ ਆਪਾਂ ਡੈਟ੍ਰੋਇਟ ਚਲੇ ਜਾਓ ਤੁਸੀਂ ਬੋਡਰ ਟੱਪਿਓ ਦੋਨੇ ਦੋਨੇ ਪਾਸੇ ਉੱਥੇ ਜਾ ਕੇ ਸਾਨੂੰ 3 ਲੱਖ ਨੂੰ ਇੱਕ ਵਾਰ ਬਹੁਤ ਵੱਡੀ ਇੰਡਸਟਰੀ ਦੀ ਬਿਲਡਿੰਗ ਮਿਲਦੀ ਹੈ ਤੇ ਇੱਥੇ ਇੱਥੇ ਸਾਨੂੰ ਜਾ ਕੇ 5 ਮਿਲੀਅਨ ਤੋਂ ਸਟਾਰਟ ਹੁੰਦੀ ਹੈ ਜੀ 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 ਸੋ ਬਾਈਂਦਰ ਸਿੰਘ ਜੀ ਆਪਾਂ ਨੂੰ ਬ੍ਰੇਕ ਤੇ ਜਾਣਾ ਪੈਣਾ ਯੂ ਆਰ ਵਾਚਿੰਗ ði ਗ੍ਰੀਵਲ ਸ਼ੋ ਵਿਲ ਬੀ ਰਾਈਟ ਬੈਕ ਆਫਟਰ ði ਬ੍ਰੇਕ ਵੈਲਕਮ ਬੈਕ ਟੂ ði ਗ੍ਰੀਵਲ ਸ਼ੋ ਆਜਮਿਰਨਾਲ ਸੂਰੀ ਦੇ ਵਿੱਚ ਪਹੁੰਚੇ ਨੇ ਬਾਈਂਦਰ ਸਿੰਘ ਜੀ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਦੋਸਤ મિતਰ ਨੇ ਉਹ ਬੈਂਡਰ ਸਿੰਘ ਹੀ ਸਾਧਨੇ ਨੇ ਪਰ ਆਪਾਂ ਉਹਨਾਂ ਨੂੰ ਬਿੰਦਰ ਸਿੰਘ ਸਾਧਦੇ ਹਾਂ ਬਿੰਦਰ ਸਿੰਘ ਜੀ ਵੈਲਕਮ ਬੈਕ ਟੂ ਦ ਗ੍ਰੀਵਲ ਸ਼ੋਅ ਆ इट्स ਅ ਪਲੇਜ਼ਰ ਆਲਵੇਸ ਆ ਆਪਾਂ ਜਿਹੜੇ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਪੋਲੀਟਿਸ਼ੀਅਨਸ ਦੀ ਜਾਂ ਕੈਨੇਡੀਅਨ ਪੋਲੀਟਿਕਸ ਦੀ ਹੁਣ ਗੱਲ ਕਰੀਏ ਆਪਾਂ ਪ੍ਰੋਵਿੰਸ਼ੀਅਲ ਪੋਲੀਟਿਕਸ ਦੀ ਜੀ ਸੋ ਤੁਸੀਂ ਹੁਣ 온ਟੇਰੀਓ ਦੇ ਵਿੱਚ ਰਹਿੰਦੇ ਹੋ ਇੰਨੇ ਸਾਲਾਂ ਦੇ ਰਹਿੰਦੇ ਹੋ ਆ ਜਿਹੜੇ 온ਟੇਰੀਓ ਦੀ ਗਵਰਨਮੈਂਟ ਅ ਅੱਜਕੱਲ ਕੋਵਿਡ ਦੇ ਦਿਨਾਂ ਦੇ ਵਿੱਚ ਕੰਮਕਾਰ ਕਰ ਰਹੇ ਨੇ ਉਹ ਤੁਹਾਡੇ ਹਿਸਾਬ ਨਾਲ ਉਹਦਾ ਕੀ ਕਾਰਗੁਜ਼ਾਰੀ ਹੈ ਆ ਅੰਤ ਫੋਰਡ ਸਾਹਿਬ ਆਈ ਐਮ ਵੈਰੀ ਹੈਪੀ ਵਿਦ ਇਟ ਮੈਂ ਮੈਂ ਬੜਾ ਖੁਸ਼ ਆ ਵੀ ਕਿਉਂ ਕਰਕੇ ਦੇਖੋ ਜਿਹੜਾ ਪਹਿਲਾ ਦਗ ਦੀ ਸਟਾਰਟਿੰਗ ਸੀ ਫੋਰਡ ਸਾਹਿਬ ਦੀ ਉਦੋਂ ਥੋੜਾ ਜਿਹਾ ਉਹਦੇ ਐਡਵਾਈਸ ਥੋੜਾ ਜਿਹਾ ਮਤਲਬ ਜਿਆਦਾ ਤੁਸੀਂ ਇੱਕਦਮ ਰਿਵੋਲੂਸ਼ਨ ਲਿਆਉਣਾ ਜਾਂ ਚੇਂਜ ਲਿਆਉਣੀ ਹੈ ਇਟਸ ਇਟਸ ਅ ਨੋਰਮਲ ਪ੍ਰੋਸੈਸ ਇਨ ਗਵਰਨਮੈਂਟ ਤੇ ਚਲੋ ਉਦੋਂ ਬਾਅਦ ਜਿਵੇਂ ਕਹਿੰਦੇ ਵੀ ਖਿਡਾਰੀ ਸਮਝ ਗਿਆ ਜੀ ਜੀ ਚੰਗੇ ਬੰਦੇ ਆ ਗਏ ਹੁਣ ਮਤਲਬ ਤੁਹਾਨੂੰ ਪਤਾ ਵੀ ਟੋਡੋ ਸਾਹਿਬ ਦੇ ਨਾਲ ਪਹਿਲਾਂ ਪਹਿਲਾਂ ਤਾਂ ਇੱਕ ਦੂਜੇ ਨਾਲ ਯੂ نو ਅੱਖਾਂ ਕੱਢਦੇ ਸੀਗੇ ਹੁਣ ਜੱਫੀਆਂ ਪਾ ਕੇ ਹੁਣ ਪ੍ਰਸ਼ਾਦ ਵੰਡਣਾ ਤੇ ਲੈਣਾ ਹੁਣ ਇੱਕੋ ਟੇਬਲ ਤੇ ਬੈਠੇ ਸਾਡੇ ਇੱਕੋ ਟੇਬਲ ਤੇ ਖਾਂਦੇ ਆ ਰਾਈ ਤੇ ਦੇਖੋ ਵੀ ਇਵਨ ਡੈਪਟੀ ਮਤਲਬ ਸੇ ਕਾਲ ਡੈਪਟੀ ਲੀਡਰ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਿੰਕ ਮਤਲਬ ਕ੍ਰਿਸਟੀਨ ਅਫਰੀਲੈਂਡ ਦੇ ਨਾਲ ਠੀਕ ਹੈ ਤੇ which is good for the province because we need the province to move right forward and then ਜੋ ਵੀ एवरीडे ਮਤਲਬ ਆ ਕੇ ਮਤਲਬ ਅਨਟਰੀਅਨਸ ਨੂੰ ਹੌਸਲਾ ਵਸਾਈ ਦੇ ਰਿਹਾ ਸਾਰਾ ਕੁਝ ਇਟਸ ਅ ਵੈਰੀ ਟਫ ਸਿਚੁਏਸ਼ਨ ਬਿਕਾਜ਼ ਕਦੇ ਮਤਲ ਹਿਸਟਰੀ ਚ ਐਸਾਂ ਦੀ ਕੋਈ ਮਹਾਮਾਰੀ ਨਹੀਂ ਆਈ ਜਾਂ ਇਸਨੂੰ ਫਾਈਨੈਂਸ਼ੀਅਲ ਹੈ ਤੇ ਕੋ ਇੱਕ ਦਾ ਹੈਲਥ ਹੈਲਥ ਪੱਖੋਂ ਵੀ ਇੱਕ ਬਹੁਤ ਦਾ ਰਿਸਕ ਆ ਪਰ ਜਿਹੜਾ ਫਾਈਨੈਂਸ਼ੀਅਲ ਜਿਹੜਾ ਹੈਗਾ ਉਹਦੇ ਰੈਮਿਫੀਕੇਸ਼ਨ ਮੇਰੇ ਹਸਾਬ ਦੇ ਨਾਲ ਇਹਨਾਂ ਨੇ ਬਚਾਤਾ ਸੀਗਾ ਕਾਫੀ ਕੁਝ ਬਚਾਤਾ ਸੀਗਾ ਆ ਜਿਹੜਾ ਇਹਨਾਂ ਪੈਕੇਜ ਦੇ ਕੇ ਪਰ ਅ ਟਾਈਮਡੇ ਪੈਕੇਜ ਵੀ ਮੁੱਕ ਜਾਣੇ ਆ ਜੀ ਜੀ ਵੀ ਹੁਣ ਹੁਣ ਉਹਦੀ ਤਿਆਰੀ ਹੋ ਰਹੀ ਆ ਵੀ ਆਪਾਂ ਕਿਵੇਂ ਨੂੰ ਟ੍ਰਾਂਜ਼ੀਸ਼ਨ ਕਰੀਏ ਵੀ ਇੱਕ ਪਾਸੇ ਦਾ ਦੇਖੋ ਹੁਣ ਆਪੋਜੀਸ਼ਨ ਵੀ ਅੱਜ ਰੌਲਾ ਪਾਉਂਦੀ ਆ ਵੀ ਬੰਦ ਕਰੋ ਬੰਦ ਕਰੋ ਬੰਦ ਕਰੋ ਪਰ ਦੂਜੇ ਪਾਸੇ ਜੇ ਤੁਸੀਂ ਬੰਦ ਕਰਦੇ ਆ ਸਮਾਲ ਬਿਜ਼ਨਸ ਰੈਸਟੋਰੈਂਟ ਕੀ ਬਣੂਗਾ ਜਿੱਦਾਂ ਆਪਾਂ ਪਹਿਲਾਂ ਦੇਖੀਏ April May June ਦੇ ਵਿੱਚ ਜਦੋਂ ਸਾਰਾ ਕੁਝ ਬੰਦ ਸੀਗਾ ਇਟ ਵਾਸ ਇਟ ਵਾਸ ਵੈਰੀ ਵੈਰੀ ਸੈਡ ਇਟ ਵਾਸ ਵੈਰੀ ਸੈਡ ਆਈ ਮੀਨ ਐਂਡ ਜੇ ਕੁਰੀ ਆਪਾਂ ਦੁਆਰਾ ਫੇਰ ਜੇ ਕਿਤੇ 2-3 ਮਹੀਨੇ ਦਾ ਸ਼ਟਡਾਊਨ ਆ ਗਿਆ ਇੱਥੇ ਦਾ ਯੂ ਸੀਨ ਇਨ ધ अर्ਲੀ 80ਸ ਜਿਹੜੇ ਰੈਸੈਸ਼ਨ ਸੀਗੇ ਉਸ ਤੋਂ ਅੰਦਰ ਦਿਨ ਕਿਤੇ ਮੁੜ ਕੇ ਆ ਗਏ ਇਹ ਜਿਦਾ ਅੱਜ ਦੀ ਤਰੀਕ ਚ ਵੀ ਜੇ ਆਪਾਂ ਲੱਥੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਜਾਂਦੇ ਆ ਤਾਂ ਆਪਾਂ ਨੂੰ ਕਿੰਨੇ ਸਾਈਨਸ ਦੇਖਦੇ ਨੇ ਫੋਰ ਲੀਜ਼ ਦੇ ਫੋਰ ਸੇਲ ਦੇ ਔਨ ਮੇਜਰ ਸਟਰੀਟ ਲਾਈਕ ਯੰਗ ਸਟਰੀਟ ਔਨ ਬੇ ਸਟਰੀਟ ਸੋ ਉਹ ਜਗ੍ਹਾ ਸਾਰੀਆਂ ਖਾਲੀ ਹੋ ਚੁੱਕੀਆਂ ਨੇ ਹਣਾ ਆ ਤੁਸੀਂ ਦੇਖੋ ਵੀ ਡਾਊਨਟਾਊਨ ਟ੍ਰਾਂਟੋ ਜਿਹੜਾ ਆਪਣੇ ਬੰਦੇ ਜੇ ਚਲੋ ਜਿਹਨੂੰ ਨਹੀਂ ਮੌਕਾ ਮਿਲਦਾ ਕਈ ਬਜ਼ੁਰਗ ਘਰੇ ਬੈਠੇ ਹੁੰਦੇ ਆ ਉਹਨਾਂ ਨੇ ਨਹੀਂ ਦੇਖਿਆ ਜਿਹੜਾ ਡਾਊਨਟਾਊਨ ਹੈ ਨਾ ਹਰ ਇੱਕ ਅਰਬਨ ਸਿਟੀ ਦਾ ਖਾਸ ਕਰਕੇ ਟ੍ਰਾਂਟੋ ਦਾ ਅਸੀਂ ਤੱਕ ਇਹ ਐਸਾ ਦੇਖਿਆ ਹੀ ਨਹੀਂ ਜੀ ਜੀ ਲਾਈਕ ਦਿਸ ਇਜ਼ ਮਤਲਬ ਤੁਹਾਨੂੰ ਰੋਣ ਹੀ ਆਉਂਦਾ ਹੈ ਇਹ ਕੀ ਹੋ ਰਿਹਾ ਅਸੀਂ ਇੱਕ ਬੱਬਲ 'ਚ ਬੈਠੇ ਆ ਵੀ ਪੀਲ ਰੀਜਨ ਜਾਂ ਬ੍ਰੈਂਪਟ ਮਿਸਾਗਾ ਪੀਥੇ ਦੁਨੀਆ ਫਿਰਦੀ ਡਾਊਨਟਾਊਨ ਟ੍ਰਾਂਟੋ ਦਾ ਕੁਝ ਨਹੀਂ ਹੈਗਾ ਜਿੱਥੇ ਉਹ ਇਕਨੋਮਿਕਸ ਦਾ ਹੱਬ ਸੀਗਾ ਇੰਨਾ ਐਕਸ਼ਨ ਸੀਗਾ ਜਿਹਦੇ ਥੱਲੇ ਅੰਡਰਗਰਾਊਂਡ ਜਿਹੜਾ ਅੰਡਰਪੈਸ ਆ ਉੱਥੇ ਕਿੰਨੀਆਂ ਸ਼ਾਪਾਂ ਸੀਗੀਆਂ ਉਹ ਵੀ ਬੰਦ ਬੰਦ ਹੋ ਗਈਆਂ ਰੈਸਟੋਰੈਂਟ ਉਹ ਵੀ ਬੰਦ ਹੁਣ ਡਰ ਇਹੀ ਹੈ ਵੀ ਜਾ ਕੇ ਜੇ ਕਿਤੇ ਨਵੰਬਰ ਦਸੰਬਰ ਤਾਈਂ ਇਹ ਇਹਨਾਂ ਨੂੰ ਇਹਨਾਂ ਨੇ ਬੰਦ ਕਰਤਾ ਹੁਣ ਜਿਹੜੀ ਇਨ 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 ਸਿਟ ਇਨ ਡਾਈਨਿੰਗ ਆ ਜੇ ਬੀਜੀ ਹੋ ਕਿਤੇ ਬੰਦ ਹੋ ਗਈ ਫਿਰ ਬਣੂਗੀ ਇਥੇ ਨਹੀਂ ਪਰ ਆਪਣੀ ਕਮਿਊਨਿਟੀ ਤਾਂ ਫਿਰ ਉਹੀ ਗੱਲ ਹੈ ਨਾ ਉਹ ਕਹਿੰਦੇ ਵੀ ਟਰੱਕਿੰਗ ਕੰਪਨੀ ਚੱਲ ਰਹੀ ਹੈ ਅਸੀਂ ਟਰੱਕ ਚਲਾ ਰਹੇ ਹਾਂ ਨਹੀਂ ਐਨੀਥਿੰਗ ਸੰਕੀ ਦੋ ਪਰ ਤੁਸੀਂ ਦੇਖੋ ਉਹ ਵੀ ਅਸੀਂ ਵੀ ਇੱਕ ਕਰਜ਼ੇ ਦੇ ਸਾਈਕਲ 'ਚ ਆ ਗਏ ਹਣ ਜੇ ਆਪਾਂ ਆਪਾਂ ਜੇ ਮੈਂ ਖੁੱਲ ਕੇ ਇਹ ਗੱਲ ਕਰਦਾ ਕਿ ਜਿਹਨਾਂ ਨੂੰ ਨਹੀਂ ਚੰਗੀ ਲੱਗਦੀ ਜਦੋਂ ਮੈਂ ਉੱਪਰਲੀ ਗੱਲ ਕਰਦਾ ਅਸੀਂ ਇੱਕ ਡੈਟ ਟਰੈਪ 'ਚ ਆ ਗਏ ਠੀਕ ਹੈ ਕਰਜ਼ੇ ਦੇ ਟਰੈਪ ਦੇ ਵਿੱਚ ਜੇ ਦੋ ਬੰਦੇ ਬਣਾਉਂਦੇ ਤੀਜਾ ਨਹੀਂ ਬਣਾਉਂਦਾ ਜੇ ਦੇਖੋ ਜੇ ਹੁਣ ਟਰੂਡੋ ਵਾਲੇ ਆਉਂਦੇ ਆ ਕੈਂਡੀਆ ਆਉਂਦੀਆਂ ਸਾਨੂੰ 6 ਮਹੀਨੇ ਲੈ ਲਈਆਂ ਹੁਣ ਕਈਆਂ ਨੇ ਹੋਰ ਚੜ ਜਾਣਾ ਬਸ ਜਿਹੜੀ ਉਹ ਵਰਕਿੰਗ ਪਾਵਰ ਆ ਉਹ ਤਾਂ ਸਾਰੇ ਇੰਟਰਨੈਸ਼ਨਲ ਸਟੂਡੈਂਟ ਥਰੂ ਥਰੂ ਅਨਪਲੋਇਮੈਂਟ ਏਜੰਸੀ ਜਾਂ ਜਾਂਦੇ ਆ ਜੀ 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 ਅੱਛਾ ਜੇ ਹੁਣ ਜੇ ਇਧਰੋਂ ਤੁਹਾਡੇ ਅਨਪਲੋਇਮੈਂਟ ਬੰਦ ਹੋ ਗਈ ਰੂਡੂ ਵਾਲੇ ਬੰਦ ਹੋ ਗਏ ਜਿਹੜੀਆਂ ਫਿਰ ਸਾਡੀਆਂ ਮਤਲਬ ਜਿਹੜੇ ਘਰੇ ਬੈਠੇ ਆ ਉਹਨਾਂ ਨੇ ਕਹਿਣਾ ਅਸੀਂ ਬੈਕ ਟੂ ਵਰਕ ਜਾਣਾ ਉੱਥੇ ਫੈਕਟਰੀਆਂ ਕਹਿਣ ਗਿਆ ਸੌਰੀ ਸਾਡੇ ਕੋਲ ਤਾਂ ਦੇਰ ਰਹਿਗਾ ਤੇ ਉੱਥੇ ਕੰਮ ਹੈ ਨਹੀਂਗਾ ਉਹ ਹਾਂ ਫਿਰ ਉੱਥੇ ਜਿਹੜਾ ਤੁਸੀਂ ਹੁਣ ਹੁਣ ਜਿਹੜਾ ਤੁਸੀਂ ਇੱਕਦਮ ਇੰਨੀ ਮਤਲਬ ਹਾਊਸਿੰਗ ਮਾਰਕੀਟ 'ਚ ਬੂਮ ਲਿਆ ਤਾਂ ਇਹ ਇਹ ਸਾਰਾ ਕੁਝ ਆਰਟੀਫੀਸ਼ੀਅਲ ਆ ਇਹ ਤਾਂ ਤੁਸੀਂ ਦੇਖੋ ਜੀ ਆਈਐਮਐਫ ਤੇ ਵਰਲਡ ਬੈਂਕ ਇਹ ਕਹਿ ਸਕਦੀ ਆ ਵੀ ਟ੍ਰਾਂਟੋ ਜੀਟੀਏ ਇਜ਼ ਦ ਥਰਡ ਲਾਰਜੈਸਟ ਬੱਬਲ ਇਨ ਰੀਅਲ ਏਸਟੇਟ ਇਨ ਦ ਵਰਲਡ ਤੇ ਬੇਦੂ ਹੀ ਦੇਖੋ ਫਿਰ ਬੁਲਬੜਾ ਜਾਂਦਾ ਆਪਦੇ ਆਪ ਵੀ ਉਹਨੇ ਪਾੜ ਜਾਣਾ ਜਾਂ ਕਿਸੇ ਨੇ ਪਾੜ ਦੇਣਾ ਤੇ ਫਿਰ ਇੱਥੇ ਕੀ ਬਣੂਗਾ ਨਹੀਂ ਪਰ ਆਪਣੀ ਤਾਂ ਆਪਣੀ ਕਮਿਊਨਿਟੀ ਜਿੱਥੇ ਸਪੈਸ਼ਲੀ ਜਿਹੜੇ ਰੀਅਲਟਰ ਨੇ ਉਹ ਵੀ ਕਹਿੰਦੇ ਨੇ ਵੀ ਦਵਾ ਦਵ ਹੁਣ ਵੀ ਬੁੱਕ ਕਰੋ ਆਮ ਇਨਵੈਸਟਮੈਂਟ ਲਈ ਬੁੱਕ ਕਰੋ ਕਾਂਡੋਸ ਬੁੱਕ ਕਰੋ ਦੇਖੋ ਕਾਂਡੋ ਤਾਂ ਡਾਊਨ Town ਆਲਰੇਡੀ ਲੱਖ ਡਾਲਰ ਦਾ ਫਰਕ ਪੈ ਗਿਆ ਥੱਲੇ ਨੂੰ ਆਉਣ ਲੱਗੇ ਆ ਲੀਸਾ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਤੁਹਾਨੂੰ ਕਦੇ ਤੁਹਾਨੂੰ 1 ਮਨთ ਫ੍ਰੀ ਨਹੀਂ ਦਿਸਦਾ ਸੀਗਾ ਹਾਂ ਡਾਊਨ ਟਾਊਨ ਟ੍ਰਾਂਟੋ ਤੁਹਾਨੂੰ 1 ਮੰਥ 2 ਮੰਥ ਵੀ ਤੁਹਾਨੂੰ ਫ੍ਰੀ ਦੇਣ ਲੱਗੇ ਵੀ ਭਾਈ ਰੋ ਨਿਊਯਾਰਕ ਸਿਟੀ ਮੈਨਹਟਨ ਜਿਹੜਾ ਮਦ ਦੁਨੀਆ ਦਾ ਸੈਂਟਰ ਮੰਨਿਆ ਜਾਂਦਾ ਉਹ ਉੱਥੇ ਦੇਖੋ ਗਗਨਦਰ ਜੀ ਉੱਥੇ ਉਹ ਕਹਿੰਦੇ 6 ਮਹੀਨੇ ਅਸੀਂ ਤੁਹਾਨੂੰ ਫ੍ਰੀ ਰੈਂਟ ਦਿੰਨੇ ਆ ਕਿਉਂ ਲੋਕ ਹੁਣ ਬਾਹਰ ਨੂੰ ਭੱਜ ਭੱਜ ਪਏ ਠੀਕ ਹੈ ਤੇ ਸਾਡੇ ਲੋਕ ਆਏ ਡਰਦੇ ਆ ਬਾਹਰ ਨੂੰ ਭੱਜਣ ਨੂੰ ਉਹ ਨਹੀਂ ਅਸੀਂ ਤਾਂ ਜੀ ਬ੍ਰੈਂਟਨ ਤੋਂ ਬਾਹਰ ਜਾ ਨਹੀਂ ਸਕਦੇ ਸਰੀ ਤੋਂ ਬਾਹਰ ਨਹੀਂ ਜਾ ਸਕਦੇ ਮਿਲਵੋਡਸ ਰਾਈ ਕਲੇਅਰ ਥੂ ਬਾਹਰ ਨਹੀਂ ਜਾ ਸਕਦੇ ਜਿਹੜੇ ਸਾਡੇ ਮੇਨ ਸੈਂਟਰ ਆ ਕਿ ਆਪਾਂ ਕੰਫਰਟੇਬਲ ਆ ਨਾ ਉੱਥੇ ਕਾਉਂਟਰਬਲ ਆ ਬਟ ਜੀਐਸਸੀ ਪੰਜਾਬ ਨੂੰ ਛੱਡ ਕੇ ਆ ਸਕਦੇ ਆ ਨਾ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਈਨ ਦੇਖੋ ਵੀ ਭਾਈ ਅਸੀਂ ਗਾਹ ਵੱਧ ਸਕਦੇ ਆ ਕਿੱਥੇ ਅਸੀਂ ਗਰੋ ਹੋ ਸਕਦੇ ਟਰਕਿੰਗ ਕੰਪਨੀ ਤੇ ਜਾ ਕੇ ਅਸੀਂ ਬਲੀਡ ਕਰਤਾ ਟਰਕਿੰਗ ਕੰਪਨੀ ਜੇ ਅਸੀਂ ਹੀਰਾਫੇਰੀ ਬੰਦ ਕਰ ਦਈਏ ਤੇ ਐਲਐਮਆਈ ਦਾ ਬੰਦ ਕਰ ਦਈਏ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਰਿਐਲਿਟੀ ਦੇ ਵਿੱਚ ਆ ਕਿੰ ਕੋੜੀਆਂ ਲੱਗਦੀਆਂ ਗੱਲਾਂ ਪਰ ਜਿਹੜਾ ਜਿਹੜਾ ਅਸੀਂ ਹਰ ਇੱਕ ਚੀਜ਼ ਨੂੰ ਅਸੀਂ ਨਾ ਇਧਰੋਂ ਸਕੀਮ ਲਾ ਲਓ ਉਧਰੋਂ ਸਕੀਮ ਨਹੀਂ ਰੇਟ ਖਤਮ ਕਰ ਤੇ ਤੁਸੀਂ ਕਹਿ ਰਹੇ ਹੋ ਵੀ ਇਨ ਰਿਐਲਿਟੀ ਜੇ ਅਪ ਬਿਜ਼ਨਸ ਨੂੰ ਐਜ਼ ਅ ਬਿਜ਼ਨਸ ਰਾਨਾ ਕਰੀਏ ਦੇਰਸ ਨੋ ਮਨੀ ਦੇਰਸ ਨੋ ਮਨੀ ਯੇ ਬਾਰਮੈਂ ਕਿਉਂਕਿ ਅੱਪਾ ਜਿਹੜੇ ਸਕੀਮ ਦੇ ਵਿੱਚ ਰਹਿੰਦੇ ਆ ਦੈਟਸ ਰਾਈਟ ਤੇ ਫਿਰ ਉਧਰੋਂ ਕਦੇ ਇਧਰੋਂ ਪੈਸੇ ਆਗੇ ਕਦੇ ਉਧਰੋਂ ਆਗੇ ਕੋਈ ਇਮੀਗ੍ਰੇਸ਼ਨ ਥਰੂ ਆਗੇ ਕੋਈ ਕਿਸੇ ਦੀ ਪੀ ਰੋਲ ਚਲਾਤੀ ਹਾਲ ਤੁਸੀਂ ਦੇਖੋ ਸਰਕਾਰ ਨੇ ਇਹ ਪਲਾਨ ਇੰਪਲੀਮੈਂਟ ਕਰਦੇ ਆ ਵੀ ਆ ਤੁਹਾਨੂੰ ਇੱਕ ਮੌਕਾ ਦਿੰਦੇ ਆ ਸਟੂਡੈਂਟ ਆ ਜੋ ਵਰਕਿੰਗ ਆ ਜੋ ਐਲ ਐਮ ਆਈ ਐਲ ਯੂ ਵੀ ਆ ਪਰ ਉਹਦੇ ਇੱਕ ਕ੍ਰਾਈਟੇਰੀਆ ਹੁੰਦਾ ਅਸੀਂ ਉਹ ਕ੍ਰਾਈਟੇਰੀਆ ਨੂੰ ਅਸੀਂ ਐਡਵਾਂਟੇਜ ਲੈ ਲੈਣੇ ਆ ਉਹ ਬਟ ਕੀ ਹੋ ਰਿਹਾ ਵੀ ਜਿਹੜਾ ਆਪਾਂ ਇਹ ਨਹੀਂ ਹੈਗਾ ਵੀ ਜਿਹੜਾ ਆਪਾਂ ਪਹਿਲਾਂ ਹੀ ਬਾਲੇ ਚੰਗੇ ਆ ਪਰ ਉਹ ਸੀਗਾ ਵੀ ਇੱਕ ਸਿਸਟਮ ਦੇ ਵਿੱਚ ਆਪਾਂ ਡਰ ਕੇ ਹੀ ਰਹਿੰਦੇ ਸੀ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਵੀ ਨਾ ਇੱਕ ਡਰ ਚੱਕਿਆ ਗਿਆ ਜੀ ਜੀ ਅਸੀਂ ਹਰ ਇੱਕ ਚੀਜ਼ ਨੂੰ ਵੀ ਅਕਿਰਤਕਣਕ ਸ਼ਬਦ ਵਰਤਦਾ ਮੈਂ ਅਸੀਂ ਨਾ ਇੱਕ ਯੂਜ਼ ਐਂਡ ਅਬਿਊਸ ਸਾਈਕਲ 'ਚ ਆ ਗਏ ਉਹ ਬਾਲਾ ਚ ਨਹੀਂ ਚੱਲਣਾ ਕਿਉਂ ਕਰਕੇ ਦੇਖੋ ਗ੍ਰਿੰਦਰ ਜੀ ਜੇ ਅਸੀਂ ਸਾਡੇ ਬੱਚੇ ਉਥੋਂ ਬੈਕ ਹੋਉਂ ਚਾਹੀਤੇ ਆ ਕਿ ਪੜਦੇ ਨਾ ਤਾਂ ਗਾਂ ਵਦਨ ਵਾਸਤੇ ਸਾਡੇ ਬੱਚੇ ਜਾ ਕੇ ਕੈਰੀਬੀਨ ਜਾ ਰਹੇ ਆ ਯੂਰਪ ਜਾ ਰਹੇ ਆ ਕੋਈ ਡਾਕਟਰ ਬਣਨ ਨੂੰ ਕੋਈ ਲੋਅਰ ਬਣਨ ਨੂੰ ਕੋਈ ਫਲਾਣਾ ਬਣਨ ਨੂੰ ਅਸੀਂ ਵੀ ਸਾਡੇ ਵੀ ਜਿਹੜੇ ਇੱਥੇ ਪੜੇ ਲਿਖੇ ਬੱਚੇ ਆ ਵੇਰ ਦੇ ਐਂਡਿੰਗ ਅਪ ਕਿੱਥੇ ਕਿੱਥੇ ਐਂਡ ਅਪ ਹੋ ਰਿਹਾ ਯੂਐਸ ਯੈਸ why because us ਤੇ ਬੱਚੇ ग्रो ਹੋ ਸਕਦੇ ਇੱਥੇ ਸਾਡਾ ਗਰੋਇੰਗ ਸਟਰਕਚਰ ਖਤ ਸਰਕਾਰਾਂ ਦਾ ਸਾਰੇ ਲੈਵਲਾਂ ਤੇ ਇਦਾਂ ਧਿਆਨ ਹੀ ਨਹੀਂ ਹੈਗਾ ਪ੍ਰਭਿੰਦਰ ਸਿੰਘ ਜੀ ਇੱਕ ਵੀ ਸੋਨ ਨੂੰ ਆਇਆ ਤੇ ਐਂਡ ਇਟਸ ਇਟਸ ਕਨ ਟੂ ਕਿ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਇਕੱਲੇ ਆਪਣੀ ਆਪਣੀ ਕੰਟਰੀ ਤੋਂ ਨਹੀਂ ਹੋਰ ਵੀ ਕੰਟਰੀਜ਼ ਤੋਂ ਉਹ ਕਈ ਵਾਰੀ ਕੋਈ ਹਾਲਸ ਕਰਨ ਲਈ ਪੈਸੇ ਦੇ ਕੇ ਹਾਲਸ ਤੇ ਨੰਬਰ ਲੈ ਕੇ ਕਰਕੇ ਇੱਥੇ ਪਹੁੰਚ ਜਾਂਦੇ ਨੇ ਤੇ ਜਦੋਂ ਇੱਥੇ ਪਹੁੰਚਦੇ ਨੇ ਪਹਿਲਾਂ ਹੀ ਉਹ ਗਲਤ ਚੀਜ਼ ਤੇ ਪਹੁੰਚੇ ਹੁੰਦੇ ਨੇ ਤਾਂ ਉਹ ਜਦੋਂ ਇੱਥੇ ਪਹੁੰਚਦੇ ਨੇ ਤਾਂ ਨੈਕਸਟ ਚੀਜ਼ਾਂ ਜਿਹੜੀਆਂ ਗਲਤ ਕਰਨੀਆਂ ਉਹਨਾਂ ਨੂੰ ਕਰਨ ਨੂੰ ਕੋਈ ਡਰ ਨਹੀਂ ਹੁੰਦਾ ਥੈਟਸ ਰਾਈਟ ਕਿਉਂਕਿ ਉਹ ਕਹਿੰਦੇ ਜੇ ਅਸੀਂ ਆਲਸ ਤੇ ਖਰੀਦ ਕੇ ਅਸੀਂ ਆ ਸਕਦੇ ਆ ਕੈਨੇਡਾ ਨੂੰ ਤਾਂ ਅਸੀਂ ਜਿਹੜੀਆਂ ਅਗਲੀ ਚੀਜ਼ਾਂ ਉਹ ਕਿਉਂ ਨਹੀਂ ਖਰੀਦ ਸਕਦੇ ਥੈਟਸ ਰਾਈਟ ਐਂਡ ਐਂਡ ਆਲਸੋ ਐਂਡ ਐਨ ਉੱਥੇ ਮੂਰੇਗਾ ਉਹਨਾਂ ਨੂੰ ਅਬਿਊਜ਼ ਕਰਨ ਵਾਲੇ ਬੈਠੇ ਆ ਤੁਹਾਡਾ ਸਿਸਟਮ ਇੱਕ ਨਾ ਜ ਜਿਸ ਦਿਨੋਂ ਅਸੀਂ ਜਾਣਾ ਸੀਗਾ ਜਾਂ ਮਤਲਬ ਉਹ ਖੁਸ਼ਹਾਲੀ ਹਰ ਵਾਰ ਹੁਣ ਅੰਦਰ ਅੰਦਰ ਅਸੀਂ ਮਤਲਬ ਬਾਹਰੋਂ ਅਸੀਂ ਜੀ ਹਮਰ ਫਿਰਦੇ ਆ ਫਲਾਨਾ ਫਿਰਦੇ ਆ ਵੱਡੇ ਘਰ ਲੈਣੇ ਅੰਦਰ ਅਸੀਂ ਖਾਲੀ ਹੋ ਗਏ ਠੀਕ ਹੈ ਵੀ ਆਰ ਇੰਟਰਨਲੀ ਬੈਂਕਰਪਟ ਰਾਈਟ ਤੇ ਸਰਕਾਰ ਦਾ ਵੀ ਉਹਨਾਂ ਨੇ ਸਿਸਟਮ ਬਣਾਤਾ ਤੇ ਬਟ ਉਹ ਇਹ ਕਹਿੰਦੇ ਵੀ ਤੁਸੀਂ ਦੱਸੋ ਹੁਣ ਪ੍ਰੂਫ ਕੌਣ ਕਰੂਗਾ ਕੌਣ ਕਿਸੇ ਦੇ ਕੰਪਲੇਨਟ ਕਰੋ ਅਗਲਾ ਕਹਿੰਦਾ ਯਾਰ ਮੈਂ ਮਿਲੀਅਨ 2.1.2 ਦਾ ਘਰ ਲਿਆ ਮੈਨੂੰ ਤਾਂ ਹੁਣ ਬੇਸਮੈਂਟ ਚੜ੍ਹਨਾ ਹੀ ਪੈਣਾ ਠੀਕ ਹੈ ਤੇ ਉਹਦੇ ਵਿੱਚ ਇਹ ਨਹੀਂ ਦੇਖਦੇ ਵੀ ਜਾ ਕੇ ਜਿਹੜੇ ਤੁਸੀਂ 6 7 8 13 13 ਬੱਚੀਆਂ ਇੱਕ ਬੇਸਮੈਂਟ ਚ ਵੀ ਰਹਿਣੀਆਂ ਦੇਖੋ ਠੀਕ ਠੀਕ ਤੇ ਕੱਲ ਨੂੰ ਜੀ ਉਹ ਉਹ ਕੋ ਕਿਸੇ ਦੇ ਬੱਚੇ ਨਹੀਂ ਹੈਗੇ ਉਹ ਕਿਸੇ ਦੇ ਬੱਚੇ ਆ ਕੱਲ ਨੂੰ ਕੋਈ ਫਾਇਰਲ ਹੋ ਗਿਆ ਕੁਸ ਹੋ ਗਿਆ ਫਿਰ ਇੰਨੀ ਲਾਲਚ ਇੰਨੀ ਭੁੱਖ ਕਾਹਤੋਂ ਗੌਰਿਆਂ ਨੇ ਇੱਕ ਸਿਸਟਮ ਬਣਾਇਆ ਸੀ ਸਰਕਾਰ ਨੇ ਗੋਰੇ ਉਹੀ 25 30 ਸਾਲ ਐ ਖਰਚਦੇ ਜਾਂਦੇ ਆ ਬੱਚੇ ਵੀ ਪੜ ਜਾਂਦੇ ਆ ਉਹ ਇੱਕ ਲੁਤਫ ਲੈਂਦੇ ਆ ਲਾਈਫ ਦਾ ਹੁਣ ਸਾਡੀ ਸਾਡੀ ਕਮਿਊਨਿਟੀ ਸਾਰੀ ਡਿਪਰੈਸ਼ਨ ਦੀਆਂ ਗੋਲੀਆਂ ਚੱਲ ਪਈਆਂ ਠੀਕ ਰਹੀ ਸੋ ਬਟ ਇਹ ਸਾਰੇ ਸਰਕਾਰੀ ਢਾਂਚੇ ਦੇ ਵਿੱਚ ਆ ਤੇ ਦੈਟਸ ਵਾਈ ਇਟਸ ਲਾਈਕ ਥੋੜਾ ਜਿਆ ਨਾ ਸਾਡੇ ਜਿਹੜੇ ਅਸੀਂ ਚੁਣੇ ਵੇ ਆ ਸਾਡਿਆਂ ਨੂੰ ਵੀ ਖੁੱਲ ਕੇ ਨਾ ਡਰ ਕੇ ਦਰਨਾ ਨਹੀਂ ਚਾਹੀਦਾ ਇਹ ਸੋਚਦੇ ਆ ਪਤਾ ਨਹੀਂ ਮੈਨੂੰ ਫਿਰ ਸਰਕਾਰ ਮੇਰੇ ਲੀਡਰ ਸਾਹਿਬ ਮੈਨੂੰ ਕਦੇ ਪੁੱਛੂਗਾ ਨਹੀਂ ਐ ਨਹੀਂ ਤੁਨ ਨੂੰ ਪਾਈ 50 ਤੋਂ ਲੈ ਕੇ 1 ਲੱਖ ਬੰਦੇ ਨੇ ਉਸ ਰਾਈਡਿੰਗ ਨੇ ਚੁਣਿਆ ਚੁਣ ਕੇ ਭੇਜਿਆ ਤੁਹਾਨੂੰ ਤੁਸੀਂ ਜਮੀਰ ਰੱਖੋ ਤੁਸੀਂ ਹੌਸਲਾ ਰੱਖੋ ਬਦਕਿਸਮਤੀ ਇਸ ਤਰ੍ਹਾਂ ਦੀ ਇਹ ਹੋ ਗਈ ਜਿਹੜੇ ਬੰਦੇ ਤੁਹਾਡੇ ਵਰਗੇ ਕਰਨ ਵਾਲੇ ਸੀਗੇ ਤੁਸੀਂ ਪੋਲਿਟਿਕਸ ਜਾਂਦੇ ਨਹੀਂ ਹੈ ਤੁਸੀਂ ਕਹਿੰਦੇ ਬਿਜ਼ਨਸ ਕਰਦੇ ਆਂ ਆਪਾਂ ਖੁਸ਼ ਆਂ ਤੁਸੀਂ ਆਦੇ ਬੱਚੇ ਪਾਲ ਲੇ ਵਧੀਆ ਢਾਂਚੇ ਦੇ ਨਾਲ ਉਹ ਜਿਹੜੇ ਸਾਡੇ ਕਮਿਊਨਿਟੀ ਦੇ ਅਨਸੰਗ ਹੀਰੋ ਹੈ ਨਾ ਜਿਹੜੇ ਵਧੀਆ ਜਿਹੜੇ ਅਸਲੀ ਕਰਦੇ ਆਂ ਸੋਚਦੇ ਆ ਉਹ ਸਾਰੇ ਇਸ ਪਾਸੇ ਤੋਂ ਦੂਰ ਹੋ ਚਲੇ ਹੁਣ ਇਹ ਵੀ ਇੱਕ ਬਿਜ਼ਨਸ ਬਣ ਗਿਆ ਪੋਲਿਟਿਕਸ ਇਹ ਪੋਲਿਟਿਕਸ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਫੈਡਰਲ ਪੋਲਿਟਿਕਸ ਸੀ ਉਹ ਕਿਉਂ ਆਪਾਂ ਨੂੰ ਕਹਿੰਦੇ ਨੇ ਵੀ ਗੁਰਦੁਆਰਿਆਂ ਮੰਦਰਾਂ 'ਚ ਤੁਸੀਂ ਬਿਜ਼ੀ ਰਹੋ ਕਿਉਂਕਿ ਦੈਟਸ ਵੇਅ ਦੇ ਗੈਟ 올 ਦਾ ਫੰਡਸ ਜਦੋਂ ਜਦੋਂ ਉਹਨਾਂ ਨੇ ਲੈਟਸ ਸੀ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਕਰਨਾ ਲੋਕਾਂ ਨੇ ਮੈਂਬਰਸ਼ਿਪਸ ਲੈਣੀਆਂ ਜਿਹੜੀ ਫੰਡ ਆਉਣਾ ਉਸ ਪਾਰਟੀ ਨੂੰ ਉਹ ਆਪਣੀ ਕਮਿਊਨਿਟੀ 'ਚੋਂ ਇੰਨਾ ਜ਼ਿਆਦਾ ਆਉਂਦਾ ਤੁਸੀਂ ਦੇਖੋ ਕਿ ਨਾਮਿਨੇਸ਼ਨ ਟਾਈਮ ਸੀਗਾ ਜਦੋਂ ਪਿੱਛੇ ਨਾ ਲਿਬਰੋ ਪਹਿਲੀ ਵਾਰੀ ਬਣੇ ਫਿਰ ਦੇਖੋ ਵੀ ਉਹ ਬੰਦੇ ਕਹਿੰਦੇ ਅਸੀਂ ਐਮਪੀ ਬਣਨਾ ਚਾਹੁੰਦੇ ਆ ਰਾਈਟ ਕੈਂਡੀਡੇਟ ਕੈਂਡੀਡੇਟਾਂ ਤੋਂ ਵੀ 40 40 50 50 ਹਜ਼ਾਰ ਡਾਲਰ ਉਹ ਲੈ ਲਿਆ ਦੇ ਹੀ ਮੇਡ ਵਾਡ ਇੱਕ ਇੱਕ ਪੀਲ ਰੀਜਨ ਤੋਂ ਜੇ ਤੁਸੀਂ 5 ਮਿਲੀਅਨ ਡਾਲਰ ਕਮਾ ਲਿਆ ਇੱਕ ਪੰਜਾਬੀ ਕਮਿਊਨਿਟੀ ਤੋਂ ਸਿੱਖ ਵੀ ਨਹੀਂ ਕਹਿੰਦਾ ਪੰਜਾਬੀ ਕਮਿਊਨਿਟੀ ਤੋਂ ਹਜੇ ਦੂਜੀਆਂ ਕਮਿਊਨਿਟੀਆਂ ਬਾਕੀ ਸੀ ਸੌਥੀ ਹੀ ਹੈ ਗੁਜਰਾਤੀ ਹਿੰਦ ਜੋ ਵੀ ਹੈ ਮੁਸਲਮਾਨ ਇਕੱਲੇ ਪੰਜਾਬੀਆਂ ਤੋਂ ਜੇ ਤੁਸੀਂ ਕੈਨੇਡਾ ਦੇ ਵਿੱਚੋਂ 5 ਮਿਲੀਅਨ ਤੁਸੀਂ ਕਮਾ ਲਿਆ ਐਦੋਂ ਵਧੀਆ ਫਿਰ ਤੁਹਾਨੂੰ ਹੋਰ ਕੀ ਦੀ ਲੋੜ ਨਾ ਇਹਨਾਂ ਨੂੰ ਕੋਈ ਦੇਣ ਦੀ ਲੋੜ ਆ ਨਾ ਇਹਨਾਂ ਨੂੰ ਕੋ ਪੁੱਛੇ ਨਹੀਂ ਲੋੜਿਆ ਭਾ ਇੱਕ ਫੋਟੋ ਖਿੱਚ ਲੋ ਸਮੋਸੇ ਖਵਾ ਦਿਓ ਦੈਸਟ ਨਹੀਂ ਇਨ ਇਨ ਚੱਕਰ ਸਾਰਾ ਫੋਟੋ ਦਾ ਬਟ ਕਾ ਤੋਂ ਯਾਰ ਫੇਸਬੁਕ ਤੁਸੀਂ ਕੈਨੇਡਾ ਆ ਗਏ ਤੁਹਾਨੂੰ ਹੱਕ ਆ ਤੁਸੀਂ ਆਪਦੇ ਬੱਚਿਆਂ ਬਾਰੇ ਸੋਚੋ ਪਰ ਉਹ ਹੋ ਕੀ ਰਿਹਾ ਸਾਡੇ ਜਿਹਨੇ ਜਵਾਨੀ ਨਹੀਂ ਦੇਖੀ ਉਹ ਹੁਣ ਆ ਕੇ ਜਾ ਕੇ 40 45 ਸਾਲਾਂ ਦੇ ਜਾ ਕੇ ਉਹ ਟੀਨੇਜਰ ਬਣ ਲੱਗੇ ਜੀ 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 ਬਈ ਲੈਕ ਇਟਸ ਇਟਸ ਆ ਇੱਕ ਠੀਕ ਆ ਪਾਲ ਇਹ ਸਾਰਾ ਕੁਝ ਪੋਲਿਟਿਕਸ ਦੇ ਵਿੱਚ ਹੀ ਵਿੱਚ ਹੀ ਆਉਂਦਾ ਕਿਉਂ ਐਸੀ ਨਾ ਇੱਕ ਪੋਲਿਟਿਕਸ ਦਾ ਇੱਕ ਜਿਹੜੇ ਬਿਜ਼ਨਸ ਬਣ ਗਿਆ ਨਾ ਵੀ ਕਿਉਂ ਉਹ ਐਸੀ ਵਿੱਚ ਚਲੇਗਾ ਸਾਨੂੰ ਕਿਤੇ ਕੰਟ੍ਰੈਕਟ ਮਿਲ ਜੂਗਾ ਜਾਂ ਸਾਨੂੰ ਕਿਤੇ ਨੌਕਰੀ ਮਿਲ ਜੂਗੀ ਉਹ ਜਾਂ ਤੁਸੀਂ 50000 ਡਾਲਰ ਦੀ ਨੌਕਰੀ ਇੱਕ ਅਸਿਸਟੈਂਟ ਬਣ ਕੇ ਕੀ ਲੈਣਾ ਜਦੋਂ ਤੁਸੀਂ ਜਾ ਕੇ ਰੀਅਲ ਏਸਟੇਟ ਕਰੋ ਟਰੱਕ ਚਲਾਓ ਜਾਂ ਹੋਰ ਕੁਝ ਕਰੋ ਬਿਜ਼ਨਸਮੈਨ ਬਣੋ ਜੀ 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 ਰਾਈਟ ਕਿੱਥੇ ਲੱਖ 2 ਲੱਖ 3 ਲੱਖ ਡਾਲਰ ਅਨਲਿमिटेड ਕਪੈਸਿਟੀ ਹੈ ਲਿਮਿਟਸ ਕੋਈ ਨਹੀਂ ਹੈ ਜੀ ਜੀ ਨਹੀਂ ਤੁਸੀਂ ਆਜ਼ਾਦ ਆ ਕੈਨੇਡਾ ਨੂੰ ਇਹਦੀ ਜਿਹੜੀ கான்ਸੈਪਟ ਸੀਗੀ ਨਾ ਤੇ ਦੇ ਦੇ ਕੈਨੇਡੀਅਨ ਡ੍ਰੀਮ ਯੂ ਨੋ ਅਮਰੀਕਨ ਕਹਿੰਦੇ ਦੀ ਅਮਰੀਕਨ ਡ੍ਰੀਮ ਇਟਸ ਪ੍ਰਾਈਸਲੈਸ ਉਹ ਉਹ ਕੈਨੇਡਾ ਦੀ ਹੈ ਸੋ ਸੋ ਅਖੀਰ ਦੇ ਵਿੱਚ ਬਿੰਦਰ ਸਿੰਘ ਜੀ ਆਪਣਾ ਕਿਉਂਕਿ 쇼 ਦਾ ਟਾਈਮ ਖਤਮ ਹੁੰਦਾ ਜਾ ਰਿਹਾ ਅਖੀਰ ਦੇ ਵਿੱਚ ਜਿਹੜੇ ਸਾਡੇ ਵਿਊਅਰਸ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਸ ਕੰਟਰੀ ਦੇ ਵਿੱਚ ਆ ਗਏ ਇੰਨਾ ਵਧੀਆ ਮੁਲਕ 'ਚ ਆ ਗਏ ਤੇ ਸਮ ਕਾ ਕੈਨੇਡੀ ਕੈਨੇਡੀਅਨ ਜਿਹੜੀ ਆਇਡੈਂਟੀਟੀ ਹੈ ਕੈਨੇਡੀਅਨ ਪੋਣਾ ਹੈਗਾ ਸਿੰਪਲ ਸਿੰਪਲ ਚੀਜ਼ ਆ ਅਸੀਂ ਇੰਨਾ ਨਾ ਜੋਰ ਲਾਓ ਕਿ ਜਿੱਥੇ ਬਾਦਲ ਟੋੜਾ ਮੋਦੀ ਸਾਹਿਬ ਸਾਡੇ ਤੇ 24 ਘੰਟੇ ਭਾਰੂ ਰਹਿੰਦੇ ਆ ਜੀ 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 ਵੀ ਅਸੀਂ ਉੱਥੇ ਨਹੀਂ ਹੈ ਅਸੀਂ ਉਥੋਂ ਨਿਕਲ ਗਏ ਸਾਨੂੰ ਨਹੀਂ ਉਥੇ ਹੁਣ ਹੁਣ ਤਾਂ ਕਹਾ ਨਵਾਂ ਬਿੱਲ ਆ ਗਿਆ ਹੁਣ ਤਾਂ ਜਮਾ ਹੀ ਸਾਡਾ ਸਾਫ ਕਰ ਦੇਣਾ एवरीवन ਇਜ਼ ਬਿਜ਼ੀ ਇਨ ਕੈਨੇਡਾ ਤੁਸੀਂ ਜਿਹੜੇ ਹਾਲਾਤ ਆ ਤੁਸੀਂ ਗੁਰਿੰਦਰ ਜੀ ਇਹ ਦੇਖੋਗੇ ਵੀ ਕੋਈ ਕਹਿੰਦਾ ਜਿਹੜਾ ਕੈਨੇਡੀਅਨ ਸਿਟੀਜ਼ਨ ਆ ਉਹਦੇ ਨੂੰ ਤਾਂ ਜ਼ਮੀਨ ਵੀ ਨਹੀਂ ਹੁੰਣ ਜੀ ਵੀ ਉਹ ਸਰਕਾਰੀ ਲਊਗੇ ਤੇ ਫਿਰ ਮਤਲਬ ਤੁਸੀਂ ਇੱਥੇ ਆਏ ਆ ਇਸ ਕੰਟਰੀ ਨੂੰ ਅੱਛਾ ਬਣਾਓ ਤੁਸੀਂ ਸਟੈਂਡਰਡ ਆਪਦੇ ਉੱਚੇ ਕਰੋ ਸਫਾਈ ਰੱਖੋ ਕਮਿਊਨਿਟੀ ਦਾ ਅੱਗੇ ਨੇਬਰਹੂਡ ਵਾਚ ਹੁੰਦਾ ਸੀ ਹਰੇਕ ਦੇ ਜੀ ਰਾਈਟ ਸਾਡੇ ਜਿਹੜੀ ਸਟਰੀਟ ਸੀਗੀ ਹਰੇਕ ਬੰਦੇ ਨੂੰ ਵਾਚ ਕਰਦਾ ਸੀ ਜੇ ਕਦੇ ਅੱਧਾ ਘੰਟਾ ਵੀ ਕੋਈ ਗੱਡੀ ਬਾਹਰ ਖੜੀ ਰਹੀ ਨਾ ਉਹਦੇ ਬਾਈਲਾਨ ਨੂੰ ਫੋਨ ਜਾਂਦਾ ਸੀ ਤੇ ਹੁਣ ਹੁਣ ਤੁਸੀਂ ਦੇਖੋ ਵੀ ਮਿਊਨਿਸਪਲ ਲੈਵਲ ਤੇ ਮਤਲਬ ਸਾਡੀਆਂ ਸੜਕਾਂ ਦੇ ਕੀ ਹੋ ਰਿਹਾ ਸਾਡੇ ਬੱਚੇ ਜਾ ਕੇ ਚੋਰੀਆਂ ਕਰਨ ਲੱਗੇ ਸਾਡੇ ਬੱਚੇ ਡਰਗ ਚ ਪੈ ਗਏ ਸਾਡੇ ਬੱਚੇ ਨੈਗੇਟਿਵ ਚੀਜ਼ਾਂ ਚ ਫਰਾਡ ਜੇ ਵੀ ਥਿੰਗਸ ਪੈ ਗਏ ਫਿਰ ਅਸੀਂ ਲੈਣ ਕਿਆਂ ਅਸੀਂ ਉਧਰੋਂ ਵੀ ਉੱਜੜ ਗਏ ਇੱਥੋਂ ਵੀ ਉੱਜੜ ਗਏ ਫਿਰ ਰਹਿ ਕੀ ਗਿਆ ਦਸੋ ਜੋ ਰਹਿ ਗਿਆ ਉਹ ਆਪਾਂ ਨੈਕਸਟ ਸ਼ੋ ਤੇ ਗੱਲਬਾਤ ਕਰਾਂਗੇ ਯੂ ਬੀਨ ਵਾਚਿੰਗ ði ਗ੍ਰੇਵਲ ਸ਼ੋ ਥੈਂਕ ਯੂ ਬਿੰਦਰ ਸਿੰਘ ਜੀ ਸਾਡੇ ਸ਼ੋ ਤੇ ਆਉਣ ਦਾ ਪਰ ਜਿਹੜਾ ਅਸੀਂ ਅੱਜ ਗੱਲਬਾਤ ਕੀਤੀ ਆ ਇਦਾਂ ਦੀ ਗੱਲਬਾਤ ਤੁਸੀਂ ਨੈਕਸਟ ਸ਼ੋਜ਼ ਦੇ ਵਿੱਚ ਵੀ ਸੁਣੋਗੇ ਤੁਹਾਡੇ ਕੋਈ ਵੀ ਸਵਾਲ ਹੁਣ ਬਿੰਦਰ ਸਿੰਘ ਉਹਨਾਂ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਸਿੱਧਾ ਡਾਇਰੈਕਟਲੀ ਬਿੰਦਰ ਸਿੰਘ ਉਹਨਾਂ ਨੂੰ ਵੀ ਕੰਟੈਕਟ ਕਰ ਸਕਦੇ ਹੋ ਕੀਪ ਔਨ ਵਾਚਿੰਗ ði ਗ੍ਰੇਵਲ ਸ਼ੋ ਲਾਈਕ us on facebook youtube ਤੇ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਸਟਾਰ ਟੀਵੀ ਤੇ ਵੀ ਤੁਸੀਂ ਦੇਖ ਸਕਦੇ ਹੋ ਨੈਕਸਟ ਸ਼ੋ ਤੱਕ आप सब ਨੂੰ ਸਤਿ ਸ਼੍ਰੀ ਅਕਾਲ ਸਤਿ